ਦੈਨਿਕ ਸਵੇਰਾ ਦੇਖ ਰਹੇ ਹੋ, ਮੈਂ ਤੁਹਾਡੇ ਨਾਲ ਅਭਿਸ਼ੇਕ ਭਾਰਦਵਾਜ। ਤੁਹਾਨੂੰ ਦੱਸ ਦਈਏ ਕਿ ਅੱਜ ਅਜਿਹਾ ਮਾਮਲਾ ਸਾਹਮਣੇ ਆਇਆ ਕਿ ਪਠਾਨਕੋਟ ਦੇ ਕੋਲੀਆਂ ਨਾਕੇ ਦੇ ਉੱਤੇ ਤੈਨਾਤ ਮੁਲਾਜ਼ਮ ਦੇ ਨਾਲ, ਪੁਲਿਸ ਮੁਲਾਜ਼ਮ ਦੇ ਨਾਲ ਜਿਨ੍ਹਾਂ ਦਾ ਨਾਮ ਅਰਜੁਨ ਸਿੰਘ ਹੈ, ਕਿ ਉਹਨਾਂ ਦੇ ਹੀ SHO ਵੱਲੋਂ ਉਹਨਾਂ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ। ਸਾਰਾ ਮਾਮਲਾ ਜਾਣ ਲਵਾਂਗੇ ਕਿ ਕੀ ਕਾਰਨ ਰਿਹਾ ਮਾਰਕੁਟਾਈ ਦਾ। ਸਰ, ਨਾਮ ਕੀ ਤੁਹਾਡਾ ਜੀ? ਅਰਜਨ ਸਿੰਘ ਹੈ ਜੀ। ਕੀ ਕਾਰਨ ਸੀਗਾ ਜਿਹੜਾ SHO ਨੇ ਤੁਹਾਡੇ ਨਾਲ ਮਾਰਕੁਟਾਈ ਕੀਤੀ? ਸਰ, ਉਹ ਮੈਨੂੰ ਜਾਣਦਾ ਨਹੀਂ ਨਾ, ਮੈਂ ਮੈਨੂੰ 15 ਦਿਨ ਤੋਂ ਉੱਥੇ ਮੇਰੀ ਡਿਊਟੀ ਨਾਕੇ 'ਤੇ। ਇੱਕ ਦਿਨ ਪਹਿਲਾਂ ਗੱਡੀ ਛੱਕੀ ਇੱਕ ਭੱਜ ਗਈ ਹੈ ਜੀ। ਉਸ ਟਾਈਮ SHO ਤਾਂ ਜਿਹੜੇ ਉਹ ਨਾਕੇ 'ਤੇ ਆ, ਮਤਲਬ ਉਹ ਚੈਕਿੰਗ ਕਰ ਰਹੇ ਸੀ, ਅਤੇ SHO ਜਿਹੜਾ ਤਾਰਾਗੜ੍ਹ ਅਡੀਸ਼ਨਲ SHO ਵੀ ਉੱਥੇ ਮੌਕੇ 'ਤੇ ਮਤਲਬ ਚੈੱਕ ਕਰ ਗਿਆ। ਜੋ ਗੱਡੀ ਭੱਜੀ ਆ, ਅਤੇ ਇਹਨਾਂ ਨੇ ਮੁਲਾਜ਼ਮਾਂ ਨੇ, ਜ਼ਿਲ੍ਹੇ ਵਾਲੇ ਇਹਨਾਂ ਨੇ ਨਾਲ ਸਾਡੇ ਲੱਗੇ ਡਿਊਟੀ 'ਤੇ, ਉਹਨਾਂ ਨੇ ਕਾਲ ਕੀਤੀ ਉਹ ਕਥਲੋਰ ਨਾਕੇ 'ਤੇ। ਉੱਥੋਂ ਗੱਡੀ ਜਦੋਂ ਨਹੀਂ ਕਬ ਮਤਲਬ ਗੱਡੀ ਮੁੜ ਗਈ ਤੁਸੀਂ ਨੂੰ ਜੀ, ਅਸੀਂ ਉਹਨਾਂ 'ਤੇ ਪਿੱਛਾ ਕੀਤਾ, ਉਹ ਗੱਡੀ ਜਿਹੜੀ ਉਹ ਮਤਲਬ ਨਹੀਂ ਕਾਬੂ ਆਈ। ਉਸ ਤੋਂ ਬਾਅਦ DSP ਸਾਹਿਬ ਨੇ ਪੈਰਾ ਕਮਾਂਡੋ ਜਿਹੜੀ ਬਿਠਾਈ ਹੋਈ ਆ, ਤਾਂ ਉਹਨਾਂ ਨੇ ਸਾਰੀ ਸਰਚ ਕਰ ਲਈ ਆਪਣੀ। SO ਸਾਹਿਬ ਉੱਥੇ ਆਏ ਨਹੀਂ, ਜਾਣ ਦਾ ਫੋਨ ਗਲਤ ਸੀ, ਉਹਨਾਂ ਨੂੰ ਮਤਲਬ ਉਹ ਆਪਣੀ ਕਾਰਵਾਈ ਕਰਕੇ ਚੱਲ ਗਏ ਜੀ। ਇਹ ਫਿਰ ਮੈਂ 8 ਵਜੇ ਮੇਰੀ ਡਿਊਟੀ ਆਫ, ਮੈਂ ਘਰ ਚਲ ਗਿਆ। ਇਹ ਮੈਨੂੰ ਫੋਨ ਕਰੇ ਸਰਬਜੀਤ ਵੀ, ਅਰਜਨ ਸਿੰਘ ਜੀ ਤੁਸੀਂ ਮਤਲਬ ਮੈਨੂੰ ਸਹੀ ਡਿਟੇਲ ਲਿਖਾਓ। ਮੈਂ ਕਿਹਾ ਮੈਂ ਰਾਤ ਡਿਊਟੀ ਕੀਤੀ, ਮੈਂ 2 ਘੰਟੇ ਸੌਣਾ, 4 ਘੰਟੇ ਤੁਸੀਂ ਗੱਲ ਪੁੱਛਣੀ ਪੁੱਛ ਲਓ ਇੱਕ ਵਾਰੀ। ਇਹਨਾਂ ਨੇ 2-4 ਮਤਲਬ ਹਰ ਘੰਟੇ ਬਾਅਦ ਫੋਨ ਕਰੀ ਗਏ, ਮੈਂ ਜਵਾਬ ਦੇ ਗਿਆ ਜੀ। ਫਿਰ ਕਹਿੰਦੇ ਠੀਕ ਹੈ ਜੀ। ਸਾਰਾ ਕੁਛ ਤੁਹਾਡੇ ਕੋਲ SHO ਸਰਬਜੀਤ ਨੇ ਪੁੱਛਿਆ? ਪੁੱਛਿਆ ਹਾਂਜੀ। ਅਤੇ ਸਰ ਮੈਨੂੰ ਦੱਸਿਆ ਨਹੀਂ, ਮੈਂ SHO ਬੋਲਣਾ। ਮੈਨੂੰ ਕਹਿੰਦੇ ਮੈਂ ਸਾਊਂਡ ਇੰਸਪੈਕਟਰ ਬੋਲਣਾ। ਮੈਂ ਕਿਹਾ ਠੀਕ ਹੈ ਸਰ। ਮੈਂ 12 ਵਜੇ ਨੈਕਸਟ ਡੇ ਮੈਂ 8 ਵਜੇ ਡਿਊਟੀ ਫੜ ਲਈ, 12 ਵਜੇ ਮੈਂ ਡਿਊਟੀ 'ਤੇ ਆਪਣੇ ਤੈਨਾਤ ਹੋ ਗਏ। ਮਤਲਬ 12 ਵਜੇ ਤੋਂ ਬਾਅਦ ਅੱਧਾ ਘੰਟਾ ਆਪਾਂ ਸਾਰੀ ਰੈਸਟ ਕਰਦੇ ਹਾਂ। ਮੈਂ ਬੈਂਚ 'ਤੇ ਮਤਲਬ ਜਦੋਂ ਲੇਟਿਆ ਜੀ, 20 ਮਿੰਟ ਬਾਅਦ ਇਹ SHO ਮਤਲਬ ਇਹਨੂੰ ਆ ਗਿਆ ਜੀ। ਮੈਂ ਮਤਲਬ ਜਦੋਂ ਮੇਰੇ 'ਤੇ ਪਰਸਨਲ ਅਟੈਕ ਕਰਨਾ ਸੀ ਇਹਨੇ, ਪਿੱਛੋਂ ਲਾਈਟ ਬੰਦ ਕਰਕੇ ਆਇਆ। ਇੰਨੇ ਬੰਦੇ ਨੇ ਜਿੱਦਾਂ ਆਵਾਜ਼ ਮਾਰਨੀ ਹੁੰਦੀ ਹੈ, ਮਤਲਬ ਚੈਕਿੰਗ ਵਾਲੇ ਆ ਗਏ। ਆਪਾਂ ਉੱਠ ਕੇ ਮਤਲਬ ਇੱਕ ਬੰਦਾ ਜਿਹੜਾ ਸੁੱਤਾ ਹੁੰਦਾ, ਉਹ ਉੱਠ ਕੇ ਨਾਲ ਆ ਜਾਂਦਾ ਜੀ। ਇੰਨੇ ਬੰਦੇ ਨੂੰ ਪਹਿਲਾਂ ਰੋਕਿਆ, ਇਹਨੇ ਜਾ ਕੇ ਮੇਰੇ ਸੁੱਤੇ ਪਏ 7-8 ਡਾਂਗਾਂ ਮਾਰਤੀਆਂ ਪਹਿਲਾਂ ਹੀ। ਜਦੋਂ ਮੈਂ ਦੇਖਿਆ, ਮੈਂ ਕਹੀ ਤੁਸੀਂ ਮੈਨੂੰ ਡਾਂਗ ਕਿੱਦਾਂ ਮਾਰ ਸਕਦੇ ਹੋ? ਇਹਨੇ 2 ਗਨਮੈਨ ਆਪਣੇ ਬੁਲਾਏ, ਕਹਿੰਦੇ ਫੜ ਲਓ, ਦੱਬ ਲਓ ਉਹਨੂੰ। 2 ਗਨਮੈਨ ਅਤੇ ਇੱਕ ਡਰਾਈਵਰ ਦਾ ਜੀ, ਇਹਨਾਂ ਨੇ ਮਤਲਬ ਮੇਰੇ ਡਾਂਗਾਂ ਮਾਰੀ ਗਏ। ਕਾਰਨ ਕੋਈ ਨਹੀਂ ਦੱਸਿਆ, ਮਾਰਨ ਦਾ ਕਾਰਨ ਕੀ ਸੀਗਾ? ਮਾਰਨ ਦਾ ਕਾਰਨ ਦੱਸਿਆ ਕੋਈ ਵੀ, ਮੁੜ ਕੇ ਗਾਲੀ ਗਲੋਚ ਕਰਦਾ ਭੱਜ ਗਿਆ ਉੱਥੋਂ। ਸਵੇਰੇ ਫਿਰ 4 ਵਜੇ, ਇਹ 4:30 ਵਜੇ ਆਇਆ ਜੀ, ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਮਾਫ਼ ਕੀਤਾ ਜਾਵੇ। ਅਤੇ ਇਸ ਚੀਜ਼ ਨੂੰ ਲੈ ਕੇ ਤੁਸੀਂ ਕਿਸੇ ਵੱਡੇ ਅਫਸਰਾਂ ਦੇ ਨਾਲ ਕੋਈ ਗੱਲਬਾਤ ਕੀਤੀ? ਸੀਨੀਅਰ ਅਫਸਰ ਨੋਟਿਸ ਲਿਆ ਤੀ ਰਾਤ ਨੂੰ ਜੀ। ਠੀਕ ਹੈ। ਇਹ SSP ਸਾਹਿਬ ਨੂੰ 4:30 ਫੋਨ ਕਰਤਾ ਜੀ ਸਵੇਰੇ। ਠੀਕ ਹੈ। ਅਤੇ ਉਸ ਤੋਂ ਬਾਅਦ ਇਹਨੇ ਮਤਲਬ ਉੱਥੇ ਮੇਰੇ ਕੋਲ ਆਇਆ ਜੀ, ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਮੈਂ ਪਤਾ ਨਹੀਂ ਮੇਰੇ ਦਿਮਾਗ ਨੂੰ ਕੀ ਹੋ ਗਿਆ, ਮੇਰਾ BP ਹਾਈ ਸੀ, ਮੇਰਾ ਕੀ ਅਤੇ ਕੀ ਨਹੀਂ। ਅਤੇ ਮੈਂ ਕਿਹਾ ਜੇ ਤੇਰਾ BP ਹਾਈ ਤਾਂ ਬੰਦਾ ਮਾਰ ਦਿੰਦਾ ਕੋਈ, ਮੈਨੂੰ ਦੱਸੋ ਗਲਤੀ ਕੀ ਹੈ? ਕਹਿੰਦਾ ਕੋਈ ਗੱਲ ਨਹੀਂ, ਕਹਿੰਦਾ ਮੈਨੂੰ ਤਾਂ ਪਤਾ ਨਹੀਂ ਲੱਗਾ ਕੀ ਕਰ ਗਿਆ ਮੈਂ। ਕੋਈ ਕਾਰਨ ਕੋਈ ਨਹੀਂ ਦੱਸ ਸਕਿਆ? ਨਹੀਂ ਦੱਸ ਸਕਿਆ ਸਾਰੇ, ਮਤਲਬ ਅਫਸਰਾਂ ਨੇ ਪੁੱਛਿਆ ਕਾਰਨ ਦੱਸ ਕਿਉਂ ਗੱਲ, ਕਹਿੰਦੇ ਨਹੀਂ ਮੈਨੂੰ ਕੋਈ। ਗਨਮੈਨਾਂ ਨੇ ਵੀ ਨਾਲ ਬਰਾਬਰ ਦਾ ਤੁਹਾਨੂੰ ਕੁੱਟਿਆ ਉੱਥੇ? ਗਨਮੈਨਾਂ ਨੇ ਮੈਨੂੰ ਮਤਲਬ ਪ੍ਰੋਪਰ ਦੱਬ ਲਿਆ ਹਲੇ। ਮੈਨੂੰ ਹਿੱਲਣੀ ਤਾਂ ਉਹਨੇ ਦੋ ਗਨਮੈਨ ਮੇਰੇ, ਉਹਨੇ ਮੇਰੇ ਬਾਜੂ ਫੜ ਕੇ ਮੇਰੇ ਮੋਢੇ 'ਤੇ ਪੈਰ ਰੱਖਤੇ ਦੋਨਾਂ ਨੇ, ਅਤੇ ਡਰਾਈਵਰ ਨੇ ਮੈਨੂੰ ਪਿੱਛੇ ਫੜ ਲਿਆ ਜੀ। ਤਾਂ ਬਿਲਕੁਲ ਤੁਸੀਂ ਜਿੱਦਾਂ ਸੁਣਿਆ ਕਿ ਅਰਜੁਨ ਸਿੰਘ ਹੋਣਾ ਦੱਸਿਆ ਕਿ ਵੱਡੇ ਅਫਸਰ ਵੱਲੋਂ ਹੀ ਉਹਨਾਂ ਦੇ ਨਾਲ ਜਿਹੜੀ ਆਪਣੇ ਗਨਮੈਨਾਂ ਦੇ ਨਾਲ ਮਿਲ ਕੇ ਉਹਨਾਂ ਨਾਲ ਮਾਰਕੁਟਾਈ ਕੀਤੀ ਗਈ। ਸਾਡੇ ਨਾਲ ਅਰਜੁਨ ਸਿੰਘ ਹੋਣਾ ਦੀ ਪਤਨੀ ਵੀ ਇੱਥੇ ਮੌਜੂਦ ਨੇ, ਸਾਰੀ ਗੱਲਬਾਤ ਕਰ ਲਵਾਂਗੇ। ਮੈਮ, ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਜਿਹੜੀ ਇਹ ਵਾਰਦਾਤ ਸਾਰੀ ਇਹਨਾਂ ਨਾਲ ਹੋਈ ਹੈ? ਸਰ, ਸਵੇਰੇ ਡਿਊਟੀ ਤੋਂ ਆਏ ਆ, ਸਵੇਰੇ ਕੋਈ 8 ਵਜੇ ਪਹੁੰਚੇ ਆ ਘਰ, ਅਤੇ ਮੈਂ ਇਹਨਾਂ ਨੂੰ ਦੇਖਿਆ ਕੁਛ ਸੱਟਾਂ ਲੱਗੀਆਂ ਹੋਈਆਂ ਘਰ। ਮੈਂ ਇਹਨਾਂ ਨੂੰ ਪੁੱਛਿਆ ਕਿ ਮੈਂ ਕਿਹਾ ਕੀ ਹੋਇਆ? ਕਹਿੰਦੇ ਇਸ ਤਰ੍ਹਾਂ ਗੱਲ ਹੋ ਗਈ ਆ ਰਾਤ ਨੂੰ। ਮੈਂ ਬੋਲਿਆ ਕਿ ਅਫਸਰ ਆਪਣੇ ਨਾਲ ਕਿਸੇ ਨਾਲ ਗੱਲ ਕੀਤੀ? ਕਹਿੰਦੇ ਹਾਂਜੀ ਕੀਤੀ। ਕਹਿੰਦੇ ਮੈਂ ਅਸਲੇ ਫਿਰ ਮੈਂ ਕਿਹਾ ਫਿਰ ਕੀ ਕਹਿੰਦੇ ਆ? ਕਹਿੰਦੇ ਵੀ ਉਹ ਕਹਿ ਰਹੇ ਆ ਕਿ ਤੁਸੀਂ ਐਡਮਿਟ ਹੋਵੋ, ਆਪਣਾ ਟ੍ਰੀਟਮੈਂਟ ਕਰਵਾਓ,
ਸਾਨੂੰ ਜੋ ਵੀ ਅਸੀਂ ਬਣਦੀ ਕਾਰਵਾਈ ਕੀਤੀ ਜਾਏਗੀ ਉਹਨਾਂ 'ਤੇ। ਹਜੇ ਤੱਕ ਉਹਨਾਂ SHO ਸਾਹਿਬ ਉੱਤੇ ਜਾਂ ਉਹਨਾਂ ਗਨਮੈਨਾਂ ਉੱਤੇ ਕੀ ਕਾਰਵਾਈ ਕੀ ਕੀਤੀ ਗਈ ਸਰ? ਮਤਲਬ 2-2.5 ਵਜੇ ਤੱਕ ਤਾਂ ਕੋਈ ਵੀ ਕਾਰਵਾਈ ਅਜੇ ਤੱਕ ਨਹੀਂ ਹੋਈ। ਮਤਲਬ ਇੰਸਪੈਕਟਰ ਸਰ ਆਏ ਸੀ, ਬੈਠੇ ਆ, ਸਾਡੇ ਕੋਲ ਪੁੱਛਿਆ ਕਿ ਸਾਨੂੰ SV ਸਰ ਨੇ ਭੇਜਿਆ, ਅਤੇ ਉਹਨਾਂ ਨੇ ਪੁੱਛਿਆ ਗਿੱਛਿਆ, ਲੇਕਿਨ ਉਸ ਤੋਂ ਪਹਿਲਾਂ ਮਤਲਬ ਕੋਈ ਕਾਰਵਾਈ ਨਹੀਂ ਹੋਈ। ਫਿਰ ਅਸੀਂ ਇਹਨਾਂ ਨੂੰ 2 ਵਜੇ ਤੋਂ ਬਾਅਦ ਇਹਨੇ ਕਿਹਾ ਕਿ ਅਸੀਂ ਸਾਨੂੰ ਤੁਸੀਂ ਐਪਲੀਕੇਸ਼ਨ ਲਿਖ ਕੇ ਦਿਓ, ਅਸੀਂ ਖੁਦ SP ਸਰ ਕੋਲੋਂ ਹਾਜ਼ਰ ਹੋਵਾਂਗੇ। ਸਰ ਮੈਂ ਔਰ ਮੇਰਾ ਬੇਟਾ ਗਏ, ਅਸੀਂ SP ਸਰ ਕੋਲੋਂ ਹਾਜ਼ਰ ਹੋਏ ਹਾਂ, ਲੇਕਿਨ ਸਰ ਨਹੀਂ ਮਿਲੇ। ਲੇਕਿਨ ਅਸੀਂ ਫਿਰ ਵੀ ਉਹਨਾਂ ਨਾਲ ਗੱਲ ਫੋਨ 'ਤੇ ਕੀਤੀ ਹੈ, ਲੇਕਿਨ ਉਹਨਾਂ ਨੇ ਸਾਨੂੰ ਕਿਹਾ ਕਿ ਮੈਂ ਬੇਟਾ ਬਾਹਰ ਹੈ ਥੋੜ੍ਹਾ, ਤੁਸੀਂ ਨਾ ਮਤਲਬ DSP ਸਰ ਬੈਠੇ, ਤੁਸੀਂ ਉਹਨਾਂ ਕੋਲ ਐਪਲੀਕੇਸ਼ਨ ਤੋਂ ਮੈਂ ਅੱਗੇ ਰਿਸੀਵ ਕਰ ਲਾਂ। ਅਤੇ ਫਿਰ ਅਸੀਂ ਉਹਨਾਂ ਕੋਲੋਂ ਉਹਨਾਂ ਨੇ ਭੇਜਿਆ, SP ਸਰ ਨੇ ਖੁਦ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਇਹਨਾਂ ਦੀ ਐਪਲੀਕੇਸ਼ਨ ਅਸੈਪਟ ਕਰੋ। ਫਿਰ ਮਤਲਬ ਬਣਦੀ ਕਾਰਵਾਈ ਉਹਦੇ 'ਤੇ ਕੀਤੀ ਜਾਏ। ਫਿਰ ਸਰ ਅਸੀਂ ਉਹਨਾਂ ਕੋਲ ਗਏ ਹਾਂ DSP ਸਰ ਕੋਲ, ਹਰਕ੍ਰਿਸ਼ਨ ਜੀ ਸਰ, ਉਹਨਾਂ ਨੇ ਬਹੁਤ ਹੈਲਪ ਕੀਤੀ ਹੈ, ਬਹੁਤ ਸਾਡੇ ਨਾਲ ਕੋਪਰੇਟ ਵੀ ਕੀਤਾ, ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਸਾਡੀ ਗੱਲਬਾਤ ਸੁਣੀ ਹੈ। ਫਿਰ ਉਹਨਾਂ ਨੇ ਆ ਕੇ ਸਾਡੇ ਨਾਲ ਆਏ ਵੀ ਹੈ, ਸਾਡੇ ਨਾਲ ਇੱਥੇ ਮੈਂ ਉਹਨਾਂ ਨੇ ਆਪਣੀ ਗੱਡੀ 'ਚ ਸਾਨੂੰ ਬਿਠਾ ਕੇ ਲੈ ਕੇ ਹੋਸਪਿਟਲ ਆਏ। ਫਿਰ ਮੇਰੇ ਹਸਬੈਂਡ ਨਾਲ ਮਿਲੇ ਹੈ, ਉਹਨਾਂ ਨਾਲ ਗੱਲਬਾਤ ਕੀਤੀ ਹੈ, ਉਹਨਾਂ ਨੇ ਬਹੁਤ ਵਿਸ਼ਵਾਸ ਦਿਲਾਇਆ ਕਿ ਤੁਸੀਂ ਜੋ ਵੀ ਮਤਲਬ ਸਾਡੀ ਬਣਦੀ ਕਾਰਵਾਈ ਹੀ ਕਰਨਗੇ ਉਹਨਾਂ 'ਤੇ। ਫਿਰ ਉਹਨਾਂ ਨੇ ਮੇਰੇ ਉੱਥੇ ਬੈਠੇ ਹੀ ਉਹਨਾਂ ਨੂੰ ਮਤਲਬ ਇੱਕ ਮੈਸੇਜ ਪਹੁੰਚਾ ਦਿੱਤਾ ਕਿ ਮੈਨੂੰ ਹੈੱਡਕੁਆਰਟਰ ਆ ਕੇ ਮਿਲੋ। ਅਤੇ ਸੱਟਾਂ ਕਿੰਨੀਆਂ ਲੱਗੀਆਂ ਹੋਈਆਂ ਨੇ ਅਤੇ ਕੀ ਪੁਜੀਸ਼ਨ ਕੀ ਇਸ ਲਈ? ਸਰ ਤੁਸੀਂ ਦੇਖ ਹੀ ਸਕਦੇ ਹੋ ਕਿ ਤੁਹਾਡੇ ਸਾਹਮਣੇ ਹੀ ਹੈ ਕਿ ਸੱਟਾਂ ਲੱਗੀਆਂ ਹੋਈਆਂ, ਕਾਫੀ ਘੰਟੇ ਘੱਟੇ ਇਹਨਾਂ ਨੇ 100 ਡਾਂਗ 'ਤੇ ਲੱਗ ਸਕੇ ਮਾਰੀ ਹੋਈ। ਮੰਗ ਕੀ ਕਰ ਰਹੇ ਤੁਸੀਂ ਸਰ? ਸਾਨੂੰ ਵੀ ਮਤਲਬ ਵੀ ਬਣਦੀ ਕਾਰਵਾਈ ਉਹਨਾਂ 'ਤੇ ਕੀਤੀ ਜਾਏ, ਉਹਨਾਂ ਨੂੰ ਸਸਪੈਂਡ ਕੀਤਾ ਜਾਏ, ਕਿਉਂਕਿ ਬਿਨਾਂ ਕਾਰਨ ਬਿਨਾਂ ਕੋਈ ਵੀ ਰੀਜਨ ਤੋਂ ਕਿਸੇ ਨੂੰ ਵੀ ਮਾਰ ਕੇ ਸੁੱਟਣਾ ਇਹ ਤਾਂ ਬਹੁਤ ਗਲਤ ਗੱਲ ਹੈ, ਔਰ ਆਪਣੇ ਹੀ ਡਿਪਾਰਟਮੈਂਟ ਦੇ ਬੰਦੇ ਹੈ ਨਾ। ਮਤਲਬ ਇਹ ਹੈ ਕਿ ਸਾਨੂੰ ਮਤਲਬ ਇੱਕ ਬੰਦੇ ਨੂੰ ਬੇਹੋਸ਼ ਕਰਕੇ ਉੱਥੇ ਸੁੱਟਿਆ ਗਿਆ, ਅਦਰਵਾਈਜ਼ ਜੇ ਇਹਨਾਂ ਨੂੰ ਜ਼ਿਆਦਾ ਸੱਟ ਯਾਰ ਸਿਰ 'ਚ ਲੱਗ ਜਾਂਦੀ ਹੈ ਜਾਂ ਕੁਛ ਵੀ ਹੋ, ਇਹਨਾਂ ਨਾਲ ਉਸ ਵੇਲੇ ਬੀਤ ਸਕਦੀ ਸੀ, ਅਤੇ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਕਿ ਕੌਣ ਕਰਕੇ ਗਿਆ? ਤਾਂ ਬਿਲਕੁਲ ਇਹ ਸਨ ਸਾਡੇ ਨਾਲ ਅਰਜੁਨ ਸਿੰਘ ਜੀ ਮੁਲਾਜ਼ਮ, ਜਿਨ੍ਹਾਂ ਨੂੰ ਕਿ SHO ਵੱਲੋਂ ਕੁੱਟਿਆ ਗਿਆ, ਦੂਸਰੇ ਪਾਸੇ ਉਹਨਾਂ ਧਰਮਪਤਨੀ ਜਿਹਨਾਂ ਸਾਰੀ ਵਾਕਿਆ ਮੈਨੂੰ ਦੱਸਿਆ, ਅਤੇ ਉਹਨਾਂ ਵੱਲੋਂ ਜਿਹੜੀ ਆ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਇਸ ਸੰਬੰਧੀ ਸ਼ਿਕਾਇਤ ਵੀ ਜਿਹੜੀ ਦੇ ਦਿੱਤੀ ਗਈ ਹੈ, ਅਤੇ ਸਾਰੇ ਮਾਮਲੇ ਸੰਬੰਧੀ ਅਸੀਂ ਵੀ ਵੱਡੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਾਰਨ ਕੀ ਰਿਹਾ ਮਾਰਨ ਦਾ ਅਤੇ ਹਜੇ ਤੱਕ ਕੀ ਕਾਰਵਾਈ ਕੀਤੀ ਗਈ ਹੈ। ਦੇਖਦੇ ਰਹੋ ਦੈਨਿਕ ਸਵੇਰਾ TV, ਮੈਨੂੰ ਦਿਓ ਇਜਾਜ਼ਤ।